ਮੈਂ ਸੈਂਸ਼ਨ ਹੀ ਨਹੀਂ ਸਮਝਦਾ, ਤੂੰ ਸਮਝਣਾ ਸੀ ਮਹਾ ਨਹੀਂ ਕਰ ਰਿਹਾ, ਮੈਂ ਮਹਾ ਨਹੀਂ ਨਾ ਕਰਦਾ ਕਿਸੇ ਨੂੰ ਵੀ, ਲੇਕਿਨ ਮੈਂ ਨਹੀਂ ਕਰਦਾ, ਮੈਂ ਸਮਝਣਾ ਇਹ ਕਾਰੋਬਾਰ ਹੈ ਦੋ ਕੁੜੀਆਂ ਕਰਾ ਦੇਣਾ, ਲੱਖ ਵਿਆਹ ਹੋ ਜਾਣ, ਦੋ ਕੁੜੀਆਂ ਦਾ ਵਿਆਹ ਹੋ ਗਿਆ, ਇਹ ਤਾਂ ਪਾਗਲ ਨੇ ਮੂਰਤੀ ਦੇ ਰਿਹਾ ਅੱਜ ਕਰਦੇ ਜਿਸ ਮੁਲਕ ਚ ਲੋਕ ਰੋਟੀ ਨੀ ਖਾਂਦੇ ਪੂਰੀ, ਉਹ ਮਾਂ ਜਾਵੇ ਉੱਥੇ ਚਲੋ ਫਿਰਦੇ ਨੇ ਪਾਗਲ ਨੇ, ਔਰ ਰਸੂਲ ਅੱਲਾ ਨੇ ਕਿਹਾ ਜੇ ਤੇਰਾ ਪੜੋਸੀ ਭੁੱਖਾ ਸੁੱਤਾ ਹੈ ਇਹ ਤੇ ਰੋਟੀ ਆਰਾਮ ਹੈ, ਸੁਣ ਲੈ ਗੱਲ ਮੇਰੀ, ਤੇ ਪੜੋਸੀ ਕੌਣ ਹੈ ਤੇਰਾ, ਸਾਰਾ ਮੁਲਕ, ਕਿਉਂਕਿ ਤੈਨੂੰ ਹਰ ਇੱਕ ਦੀ ਖਬਰ ਹੈ ਟੀਵੀ ਦੇ ਜ਼ਰੀਏ ਕਿੱਥੇ ਕੀ ਹੋ ਪਤਾ ਹੀ ਨਾ, ਜਾਂ ਤਾਂ ਨਾ ਪਤਾ ਨਹੀਂ ਲੱਗਦਾ ਜੀ, ਪੁਰਾਣੇ ਜ਼ਮਾਨੇ ਚ ਪੜੋਸੀ ਕਹਿੰਦੇ ਸਨ ਦਸ ਘਰ ਆ, ਇੱਧਰ ਦਸ ਹੈ, ਇੱਧਰ ਦਸ ਹੈ, ਚਾਲੀ ਘਰ, ਹੁਣ ਪੂਰੇ ਮੁਲਕ ਦਾ ਪਤਾ ਹੁੰਦਾ, ਪੂਰੀ ਦੁਨੀਆਂ ਦਾ ਪਤਾ ਹੈ, ਗੋਰੇ ਬਹਿਣ ਚੋ ਤੁਹਾਨੂੰ ਦਿਕਾਤ ਕਰਦੇ ਨੇ, ਰੰਡ ਆ ਜਾਏ ਜਾਂ ਕੋਈ ਅਰਥਕੁਏਕ ਆ ਜਾਏ, ਉਹ ਪੈਸੇ ਭੇਜਦੇ ਨੇ ਤੁਹਾਨੂੰ, ਸ਼ਲਵਾਰਾਂ ਉੱਚੀਆਂ ਕੀਤੀਆਂ ਮਾਂ ਦੇ ਝੂਠਾ, ਉਹ ਭਾਈ ਮੇਰੀ ਬਾਤ ਸੁਣੋ, ਮੈਂ ਜੋ ਇਸਲਾਮ ਦਾ ਨਿਚੋੜ ਨਿਕਾਲਿਆ ਨਾ ਆਖਰੀ, ਉਹ ਇੱਕ ਵਾਰ ਮਾਰੇ ਦਾ ਵੀ ਖਿਆਲ ਕਰ, ਬਸ ਜਿਹੜਾ ਗਰੀਬ ਹੈ ਉਹਦਾ ਵੀ ਖਿਆਲ ਕਰ, ਭੱਠਾ ਜਿਹੜਾ ਇਸਲਾਮ ਇਹਨਾਂ ਦੀ ਕਹਿੰਦਾ ਤੂੰ ਨਮਾਜ਼ ਪੜ੍ਹਾਈ ਨਾ ਉਹਨੇ, ਉਹਦਾ ਮਤਲਬ ਹੈ ਤੇਰੇ ਦਿਲ ਚ ਖੌਫ ਖੁਦਾ ਪੈਦਾ ਹੋ ਜਾਂਦਾ ਦੇ ਸਾਹਮਣੇ ਪੇਸ਼ ਹੋ ਜਾਂਦਾ, ਤੂੰ ਅੱਲਾ ਦੀ ਮਖਲੂਕ ਦਾ ਖਿਆਲ ਕਰ। ਇੱਕ ਬੜੀ ਪੁਆਇੰਟ ਮੈਂ ਪੜ੍ਹੀ ਸੀ ਕਸਮੀ ਜਮਾਤ ਦੀ ਅੰਗਰੇਜ਼ੀ ਸੀ, ਅਬੂ ਬਿਨ ਆਦਮ ਸੁਪਾਇਆ ਸੀ ਅਚਾਨਕ ਉਹਦੀ ਜਾਗ ਖੁੱਲੀ ਡੈਜ਼ਲਿੰਗ ਲਾਈਟ ਨਾਲ, ਉਹਨੇ ਦੇਖਿਆ ਛੱਤ ਦੇ ਇੱਕ ਕੋਨੇ ਚ ਇੱਕ ਫਰਿਸ਼ਤਾ ਕਿਤਾਬ ਵਿੱਚ ਕੁਛ ਲਿਖੀ ਜਾ ਰਿਹਾ, ਉਹਨੇ ਪੁੱਛਿਆ ਕੀ ਲਿਖ ਰਿਹਾ, ਬੁਲਬੁਲਕ ਸੀ ਅਬੂ ਬਿਨ ਆਦਮ, ਉਹਨੇ ਕਿਹਾ ਮੈਂ ਉਹਨਾਂ ਦੇ ਨਾਂ ਲਿਖ ਰਿਹਾ ਜਿਹੜੇ ਅੱਲਾ ਨਾਲ ਮੁਹੱਬਤ ਕਰਦੇ, ਯਾਦ ਹੋਇਆ ਜਗਾਇਆ, ਉਹਨੇ ਕਿਹਾ ਉੱਥੇ ਤੈਨੂੰ ਮੁਬਾਰਕ ਹੋਏ, ਅੱਲਾ ਨੇ ਤੇਰਾ ਨਾਮ ਉਸ ਲਿਸਟ ਵਿੱਚ ਸਭ ਤੋਂ ਉੱਤੇ ਕਰ ਦਿੱਤਾ, ਉਹ ਕਹਿੰਦਾ ਮੁਹੱਬਤ ਕਰਦਾ ਜਿਹੜਾ ਮੇਰੇ ਬੰਦਿਆਂ ਨਾਲ, ਮੈਨੂੰ ਤੇ ਚਾਹੀਏ ਕੁਛ ਨੀ, ਮੈਨੂੰ ਨੀ ਮੁਹੱਬਤ ਚਾਹੀਦੀ ਕਿਸੇ ਦੀ, ਮੈਂ ਤਾਂ ਆਪਣੇ ਬਾਰੇ ਕਹਿਤਾ ਹੈ ਤੂੰ ਅੱਲਾਹ ਅਹਦ, ਅੱਲਾ ਏਕ ਹੈ, ਅੱਲਾ ਸਮਦ, ਅੱਲਾ ਬੇਨਿਆਜ਼ ਹੈ, ਉਸੇ ਕੋਈ ਚੀਜ਼ ਨਹੀਂ, ਤੁਹਾਡੀ ਨਮਾਜ਼
ہے نا, اللہ نہیں پوچھا ہوگا, اللہ کرو کہنا میں نہیں پوچھا ہوگا, وہ کہنا ہے اس میں تو آیا گیا واپس خدا پیدا ہے نا برائی کے بچے میں رکھتا ہے, قرآن کہنا نماز برائی سے بچاتی ہے, نہیں کیا یہ نیکی ہے بڑی بیٹی نماز کچھ نہیں کی وہ برائی تو بچاتی ہے, اللہ اللہ یار دس جا پھوک منگے تو بندہ میرے محبت کرو وہ بندہ جی وہ کوئی شہ نہیں ہوں کوئی مثال نہیں دکھی جا سکتی کوئی باری جی بھی چیز نہیں ہے کسی غالب کہتا ہے جو دوری کی بو بھی ہوتی تو کوئی دو چار ہوتا دو چار تو پھر بے آئی تو کلا نہیں ہے تو یگانا ہے کہ یکتا تجھے کون دیکھ سکتا تو یگانا ہے کہ یکتا کلا ہی ہے تو جو دوری کی بو بھی ہوتی تو کوئی دو چار ہوتا تو بھائی اللہ کو بھی نہیں سمجھتے یہ لوگ, انہوں نے تو اسے بندہ بنایا ہوا ہے تخت پر بنایا ہوا پوچھ دیجیے آلے والے فوجاں کھڑی ہیں ایسے فرشتے ہیں انہوں نے بھیج دیا لے آؤ کر کے آؤ وہ کچھ نہیں کروانا اللہ انہیں بندہ بنایا انہوں نے عقل دیتی ہے بس کہ کر جو مرضی کری جا برا کام کرے نا پورے چیز کہنا کری جا تیری گانٹ پاڑا نے خیر سے کام کرے وہ بھی کہنا کر اچھی گل ہے بہت اچھی دنیاوی اپنی تیاریاں کرو مام حسین جدو لال ہو گیا سی ادو آ جانا ڈکیا نہیں ڈکیا کیونکہ مام حسین غلط گیا جنانیاں بچے لے کے چلے گئے جو اگے لشکر کرا میں مقابلے سے انہوں بھوک دیتی تھی کسی نے اوفے والے نے کہ تھی آؤ نا سارا لشکر بیٹھ کے تھوڑے لے آ جائے گا تھوڑی شکل ہی بیٹھ کے تھی صرف تقریر کرنا انہیں تقریر کی تھی ایک بندہ آیا کی ماں کی رہا سارے وہ کی نا سی ایک بیٹھے سی بس نہیں پتا بس خلاف سن بغداد جی لشکر سی سلار لشکر کھڑا ہے نا کہ اتنے جا کے نہیں